ਕਬੀਲੇ ਦੇ ਲੋਕ ਸ਼ਸਤਰ ਵਧੀਆ ਰੱਖਦੇ ਸੀ ਵਧੀਆ ਹਥਿਆਰ ਰੱਖਦੇ ਸੀ ਸ਼ਸਤਰ ਚਲਾਉਣਾ ਵੀ ਵਧੀਆ ਜਾਣਦੇ ਸੀ ਹੁਣ ਸੰਗੇਤ ਖਾਣੇ ਉਸ ਕਬੀਲੇ ਦੇ ਲੋਕਾਂ ਨੂੰ ਪਤਾ ਕੀ ਗਿਆ ਵੀ ਜਿਹੜੇ ਮੇਰੇ ਨਾਲ ਜੰਗ ਨਹੀਂ ਕਰਨਗੇ ਮੈਂ ਉਹਨਾਂ ਦੀ ਜਾਨ ਬਖਸ਼ ਦਵਾਂਗਾ ਤੇ ਕਬੀਲੇ ਦੇ ਵਿੱਚ ਹਫੜਾ ਦਫੜੀ ਮੱਚ ਗਈ ਕਬੀਲੇ ਦੇ ਅੱਧੇ ਲੋਕ ਇੱਕ ਪਾਸੇ ਹੋ ਗਏ ਤੇ ਅੱਧੇ ਲੋਕ ਇੱਕ ਪਾਸੇ ਹੋ ਗਏ ਜਿਹੜੇ ਅੱਧੇ ਲੋਕ ਸੀ ਉਹ ਕਹਿੰਦੇ ਅਸੀਂ ਜੰਗ ਲੜਾਂਗੇ ਭਾਵੇਂ ਸਾਡੀ ਜਾਨ ਪੜੀ ਜਾਵੇ ਤੇ ਜਿਹੜੇ ਕਬੀਲੇ ਦੇ ਅੱਧੇ ਲੋਕ ਸੀ ਉਹ ਕਹਿੰਦੇ ਵੀ ਅਸੀਂ ਜੰਗ ਨਹੀਂ ਲੜਨੀ ਸੰਗੇਟ ਖਾਣੇ